أعوذ بالله من الشيطان الرجيم. بسم الله الرحمن الرحيم. حبیب جد آمن تیرے کول منافق آخدے نے اسی ماننے ہاں بھائی تو ضرور پیغمبر ہے خدا دا تے اللہ جاندا ہے بھائی تو ضرور پیغمبر ہے او دا تے اللہ گواہی دیندا ہے بھائی منافق ضرور جھوٹ بولدے نے بنایا نے اپنی قسماں نوں ٹال پھر روکیا نے اللہ دے راہ اے لوگ برا کام میں جو کر رہے نے ਇਹੀ ਇਸ ਵਬੋਂ ਜੋ ਉਹਨਾਂ ਮੰਨਿਆ ਫਿਰ ਗਏ ਫਿਰ ਮੋਹਰ ਲੱਗ ਗਈ ਉਹਨਾਂ ਦੇ ਦਿਲਾਂ ਉੱਤੇ ਫਿਰ ਉਹ ਨਹੀਂ ਸਮਝਦੇ ਅਤੇ ਜਦ ਤੂੰ ਵੇਖੇ ਉਹਨਾਂ ਨੂੰ ਖੁਸ਼ ਲੱਗਣ ਤੈਨੂੰ ਜੁੱਸੇ ਉਹਨਾਂ ਦੇ ਅਤੇ ਜੇ ਗੱਲ ਕਰਨ ਤਾਂ ਕੰਨ ਲਾਵੇਂ ਤੂੰ ਉਹਨਾਂ ਦੀ ਗੱਲ ਵੱਲ ਪਰ ਅਸਲ ਵਿੱਚ ਉਹ ਕੜੀਆਂ ਨੇ ਕੰਧ ਨਾਲ ਢੋ ਲਾ ਕੇ ਖਿਲਾਰੀਆਂ ਹੋਈਆਂ ਜਾਣਦੇ ਨੇ ਹਰ ਚੀਕ ਨੂੰ ਬਲਾ ਆਉਂਦੀ ਆਪਣੇ ਉੱਤੇ ਉਹ ਨੇ ਪੱਕੇ ਦੁਸ਼ਮਣ ਸੋ ਬਚਦਾ ਰਹਿ ਉਹਨਾਂ ਤੋਂ ਅੱਲਾ ਦੀ ਮਾਰ ਉਹਨਾਂ ਨੂੰ ਹੋਵੇ ਕਿੱਧਰ ਮੁੜੇ ਜਾਂਦੇ ਨੇ ਅਤੇ ਜਦ ਕੋਈ ਆਖੇ ਉਹਨਾਂ ਨੂੰ ਆਓ ਬਖਸ਼ਿਸ਼ ਮੰਗੇ ਤੁਸਾਂ ਲਈ ਪੈਗੰਬਰ ਖੁਦਾ ਦਾ ਹਿਲਾਉਂਦੇ ਨੇ ਸਿਰ ਆਪਣੇ ਜਿਉਂ ਨਾ ਮੰਨਣ ਵਾਲਾ ਸਿਰ ਹਿਲਾਉਂਦਾ ਹੁੰਦਾ ਹੈ ਅਤੇ ਵੇਖੇ ਤੂੰ ਉਹਨਾਂ ਨੂੰ ਰੁਕ ਜਾਂਦੇ ਅਤੇ ਗਰੂਰ ਕਰਦੇ ਇਹ ਹਬੀਬ ਇੱਕੋ ਜਿਹਾ ਉਹਨਾਂ ਨੂੰ ਇਹ ਜੋ ਬਖਸ਼ਿਸ਼ ਮੰਗੇ ਤੂੰ ਉਹਨਾਂ ਲਈ ਜਾਂ ਨਾ ਬਖਸ਼ਿਸ਼ ਮੰਗਿਆ ਉਹਨਾਂ ਲਈ ਹਰਗਿਜ਼ ਨਹੀਂ ਬਖਸ਼ਣਾ ਅੱਲਾ ਨੇ ਉਹਨਾਂ ਨੂੰ ਅੱਲਾ ਜ਼ਰੂਰ ਨਹੀਂ ਰਾਹ ਪਾਉਂਦਾ ਬੇਫਰਮਾਨ ਲੋਕਾਂ ਨੂੰ ਉਹ ਨੇ ਜਿਹੜੇ ਆਖਦੇ ਨੇ ਨਾ ਖਰਚ ਕਰੋ ਉਸ ਉੱਤੇ ਜਿਹੜੇ ਸਾਥੀ ਨੇ ਪੈਗੰਬਰ ਖੁਦਾ ਦੇ ਤਾਂ ਜੋ ਖਿੰਡ ਜਾਣ ਅਤੇ ਅੱਲਾ ਹੀ ਦੇ ਨੇ ਖਜ਼ਾਨੇ ਆਸਮਾਨਾਂ ਅਤੇ ਜ਼ਮੀਨ ਦੇ ਪਰ ਇਹ ਮੁਨਾਫਕ ਨਹੀਂ ਸਮਝਦੇ ਆਖਦੇ ਨੇ ਜੇ ਅਸੀਂ ਮੁੜ ਕੇ ਜਾਵਾਂਗੇ ਮਦੀਨੇ ਵੱਲ ਤਾਂ ਜ਼ਰੂਰ ਕੱਢ ਦੇਗਾ ਇੱਜ਼ਤ ਵਾਲਾ ਉੱਥੋਂ ਬੇਕਦਰ ਲੋਕਾਂ ਨੂੰ ਹਾਲਾਂਕਿ ਅੱਲਾ ਹੀ ਦੀ ਹੈ ਇੱਜ਼ਤ ਅਤੇ ਉਹਦੇ ਪੈਗੰਬਰ ਦੀ ਅਤੇ ਈਮਾਨ ਵਾਲਿਆਂ ਦੀ ਪਰ ਮੁਨਾਫਕ ਨਹੀਂ ਜਾਣਦੇ ਇਹ ਈਮਾਨ ਵਾਲਿਓ ਨਾ ਗਾਫਲ ਕਰਨ ਤੁਹਾਨੂੰ ਮਾਲ ਤੁਹਾਡੇ ਅਤੇ ਨਾ ਔਲਾਦ ਤੁਹਾਡੀ ਅੱਲਾ ਦੀ ਯਾਦ ਤੋਂ ਅਤੇ ਜਿਹੜਾ ਕਰੇਗਾ ਇਹ ਕੰਮ ਸੋ ਉਹੀ ਨੇ ਘਾਟੇ ਵਾਲੇ ਅਤੇ ਖਰਚ ਕਰੋ ਉਸ ਵਿੱਚੋਂ ਜੋ ਦਿੱਤਾ ਅਸਾਂ ਤੁਹਾਨੂੰ ਪਹਿਲੇ ਇਸ ਦੇ ਜੋ ਆਵੇ ਕਿਸੇ ਤੁਹਾਡੇ ਨੂੰ ਮੌਤ ਤਦ ਆਖੇ ਮੇਰੇ ਰੱਬਾ ਕਿਉਂ ਨਾ ਢਿੱਲ ਦਿੱਤੀ ਹੋਈ ਮੈਨੂੰ ਥੋੜ੍ਹੇ ਚਿਰ ਤੱਕ ਤਾਂ ਮੈਂ ਖੈਰਾਤ ਕਰ ਲੈਂਦਾ ਅਤੇ ਹੋ ਜਾਂਦਾ ਨੇਕ ਵਕਤਾਂ ਵਿੱਚੋਂ ਅਤੇ ਹਰਗਿਜ਼ ਨਾ ਢਿੱਲ ਦੇਗਾ ਅੱਲਾ ਕਿਸੇ ਨੂੰ ਜਦ ਆ ਪਹੁੰਚੀ ਅਜਲ ਉਹਦੀ ਅਤੇ ਅੱਲਾ ਨੂੰ ਖਬਰ ਹੈ ਜੋ ਕਰਦੇ ਹੋ।